ਇਹਦੇ ਵਿੱਚ ਜਿਹੜਾ ਸਮਾਨ ਲੱਗਿਆ ਹੋਇਆ ਸਾਰਾ ਸਟੀਲ ਦਾ ਜੀ, ਕੰਪਨੀ 3 ਸਾਲ ਦੀ ਪੰਪ ਦੀ ਗਰੰਟੀ ਦਿੰਦੀ ਹੈ। ਜਿਵੇਂ ਇਹਦੇ 'ਚ ਪਲੰਜਰ ਲੱਗਿਆ ਹੋਇਆ ਜਿਹੜਾ 350 SS ਪਿਓਰ ਸਟੀਲ ਦਾ ਪਲੰਜਰ ਲੱਗਿਆ ਹੋਇਆ ਜੀ ਇਹਦੇ 'ਚ, ਠੀਕ ਹੈ। ਕੰਪਨੀ ਉਸ ਚੀਜ਼ ਦੀ 3 ਸਾਲ ਦੀ ਗਰੰਟੀ ਦਿੰਦੀ ਹੈ, ਵੈਸੇ ਕੰਪਨੀ ਸਾਰੇ ਪ੍ਰੋਡਕਟ ਦੀ 1 ਸਾਲ ਦੀ ਗਰੰਟੀ ਦਿੰਦੀ ਹੈ। ਕਸਟਮਰ ਦੀ ਡਿਮਾਂਡ 'ਤੇ ਜੇ ਆਪਾਂ ਨੂੰ ਕਹੇ ਵੀ ਹਾਂ ਯਾਰ ਸਾਨੂੰ ਬਹੁਤ ਵਧੀਆ ਤਿਆਰ ਕਰਕੇ ਦੇ, ਫਿਰ ਆਪਾਂ ਉਹਦੇ ਵਿੱਚ ਸਪੈਸ਼ਲ ਬੈਟਰੀ ਲਾਉਂਦੇ ਹਾਂ, ਸਪੈਸ਼ਲ ਉਹਦੇ ਵਿੱਚ ਮੋਟਰ ਲਾਉਂਦੇ ਹਾਂ, ਫਿਰ ਉਹਨੂੰ ਤਿਆਰ ਕਰਕੇ ਦਿੰਦੇ ਹਾਂ। 5 ਸਾਲ ਦਾ ਐਕਸਪੀਰੀਅੰਸ ਆ ਜੀ, 5 ਸਾਲ ਆਪਾਂ ਲੁਧਿਆਣੇ ਲਾਏ ਨੇ ਜੀ, ਠੀਕ ਹੈ। ਮੋਟਰ ਵਧੀਆ ਕੁਆਲਿਟੀ ਦੀ ਲੈਣੀ, ਬੈਟਰੀ ਵਧੀਆ ਕੁਆਲਿਟੀ ਦੀ ਲੈਣੀ, ਉਹਨੂੰ ਆਪ ਅਸੈਂਬਲ ਕਰਨਾ ਆਪਣਾ, ਤੁਹਾਨੂੰ ਡਿਲੀਵਰੀ ਦਾ ਕੋਈ ਵੀ ਚਾਰਜ ਨਹੀਂ ਪਊਗਾ ਸੁੱਖੀ ਕੋਲ, ਹੈ ਨਾ। ਇਹ ਬੈਟਰੀ ਵਾਲੇ ਪੰਪ ਨੇ ਜ਼ਿਆਦਾਤਰ, ਇਹ ਆਪਾਂ ਖੁਦ ਮੈਨੂਫੈਕਚਰਿੰਗ ਆਪ ਕਰਦੇ ਹਾਂ ਇੱਥੇ, ਜਿਹੜੇ ਬੈਟਰੀ ਵਾਲੇ ਬਾਈ, ਜਿਹੜੇ ਬੈਟਰੀ ਵਾਲੇ ਪੰਪ ਨੇ। ਹੁੰਦਾ ਸੀ ਹੈ ਨਾ ਵੀ ਖੇਤੀਬਾੜੀ ਲਾਏ ਬੰਦਾ ਧੰਦਾ ਨਹੀਂ ਸੀ ਲੋਕ ਕਹਿੰਦੇ, ਪਰ ਅੱਜ ਦੇ ਟਾਈਮ ਖੇਤੀਬਾੜੀ ਦਾ ਧੰਦਾ ਜਿਹੜਾ ਬਹੁਤ ਲਾਏ ਬੰਦਾ। ਲੈ ਵੀ ਮਿੱਤਰੋ, ਮਾਨਸਾ ਸ਼ਹਿਰ ਦੇ ਵਿੱਚ ਖੜੇ ਹਾਂ ਬਾਈ ਆਪਣੇ ਭਰਾ ਸੁੱਖੀ ਕੋਲ। ਇੱਥੇ ਨਾ ਆਪਣੇ ਸੱਜਣ ਨੇ ਦੁਕਾਨ ਕਰੀ ਆ ਬਾਈ, ਕਿਸਾਨ ਐਗਰੋ ਇੰਜੀਨੀਅਰ, ਅਤੇ ਬਾਈ ਕੋਲ ਨਾ ਸਪਰੇਅ ਵਾਲੇ ਪੰਪ ਮਿਲਦੇ ਆ ਬਾਈ, ਅਤੇ ਰਿਪੇਅਰ ਵੀ ਕਰਦਾ ਗਾ ਬੜੀ ਟੌਪ ਦੀ। ਲੋਕੇਸ਼ਨ ਦੀ ਗੱਲ ਕਰਦਾ ਮੈਂ, ਇੱਧਰਲੇ ਪਾਸੇ ਹੈਗੀਆਂ ਬਾਈ ਮਾਨਸਾ ਕੈਂਚੀਆਂ, ਸਾਰੇ ਜਾਣਦੇ ਆ, ਅਤੇ ਸਾਹਮਣੇ ਹੈਗਾ ਬਾਈ ਸੰਦੀਪ ਪੈਟਰੋਲ ਪੰਪ, ਅਤੇ ਸਾਹਮਣੇ ਬਿਲਕੁਲ ਪੈਟਰੋਲ ਪੰਪ ਦੇ ਸਾਹਮਣੇ ਬਿਲਕੁਲ ਦੁਕਾਨ ਆ ਬਾਈ ਦੀ, ਕਿਸਾਨ ਐਗਰੋ ਇੰਜੀਨੀਅਰ ਸੁੱਖੀ ਆਪਣਾ ਭਰਾ ਗਾ। ਆ ਜਾਓ ਆਪਾਂ ਗੱਲਬਾਤ ਕਰਦੇ ਹਾਂ, ਸਾਰੀ ਸੋਹਣਾ ਕੰਮ ਕਰਿਆ ਹੋਇਆ ਬਾਈ ਨੇ। ਆ ਬਾਈ ਕੀ ਹਾਲ ਚਾਲ ਆ ਸੁੱਖੀ? ਵਧੀਆ ਬਾਈ। ਰਿਪੇਅਰ ਕਰੀ ਜਾਂਦੇ ਹੋ? ਰਿਪੇਅਰ ਕਰੀ ਜਾਂਦੇ ਹੋ? ਠੀਕ ਹੈ, ਹੋਰ ਠੀਕ ਠਾਕ? ਵਧੀਆ ਬਾਈ। ਕਿਵੇਂ ਚੱਲਦਾ ਸੁੱਖੀ ਕੰਮ? ਪੂਰਾ ਵਧੀਆ ਚੱਲਦਾ ਬਾਈ, ਸੋਹਣਾ ਚੱਲੀ ਜਾਂਦਾ? ਬਹੁਤ ਸੋਹਣਾ ਕੰਮ ਆ ਬਾਈ, ਆਪਣੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਆ। ਜਿਵੇਂ ਸੁੱਖੀ, ਜਿਵੇਂ ਹੁਣ ਸੀਜ਼ਨ ਚੱਲੀ ਜਾਂਦਾ ਹੈ ਨਾ ਹੁਣ ਝੋਨੇ ਦਾ, ਹਾਂਜੀ ਹਾਂਜੀ, ਅਤੇ ਹੁਣ ਤਾਂ ਫਿਰ ਇਹਨਾਂ ਪੰਪਾਂ ਦੀ ਲੋੜ ਜ਼ਿਆਦਾ ਪੈਂਦੀ ਹੋਣੀ ਆ। ਹਾਂ, ਪੰਪਾਂ ਦੀ ਲੋੜ ਇਹਨਾਂ ਦੀ ਜ਼ਿਆਦਾ ਆ, ਵੈਸੇ ਇਹ ਵੱਧ ਚੱਲਦੇ ਨੇ ਬੈਟਰੀ ਵਾਲੇ, ਠੀਕ ਹੈ। ਇਹਦੇ ਕੋਲ ਥੋੜ੍ਹਾ ਵਾਹਣਾ ਗਾ, ਉਹ ਜ਼ਿਆਦਾਤਰ ਬੈਟਰੀ ਵਾਲਾ ਪੰਪ ਯੂਜ਼ ਕਰਦਾ ਆ, ਠੀਕ ਹੈ। ਜਿਹੜੇ ਬੰਦੇ ਹਨ ਤਕੜੇ ਨੇਗੇ, ਕੰਮਕਾਰ ਹੋਰ ਵੀ ਜ਼ਿਆਦਾ ਆ, 50-60 ਕਿੱਲੇ ਜਾਂ 100 ਕਿੱਲਾ, ਉਹਨਾਂ ਕੋਲ ਪਾਵਰ ਪ੍ਰੋਡਕਟ ਚੱਲਦੇ ਨੇਗੇ, ਜਿਹਨੂੰ ਆਪਾਂ ਪੈਟਰੋਲ ਵਾਲੇ ਪੰਪ ਵੀ ਕਹਿ ਦਿੰਦੇ ਹਾਂ, ਠੀਕ ਹੈ। ਦੋਨੋਂ ਪ੍ਰੋਡਕਟ ਕਾਮਯਾਬ ਆ, ਬੈਟਰੀ ਵਾਲੇ ਵੀ ਪੈਟਰੋਲ ਵਾਲੇ ਵੀ, ਦੋਨੇ ਨੀਡ ਦੇ ਹਿਸਾਬ ਨਾਲ ਆ ਯਾਰ, ਨੀਡ ਦੇ ਹਿਸਾਬ ਨਾਲ, ਨੀਡ ਦੇ ਹਿਸਾਬ ਨਾਲ, ਠੀਕ ਹੈ। ਤੇ ਸੁੱਖੀ, ਜਿਵੇਂ ਪਹਿਲਾਂ ਹੱਥਾਂ ਵਾਲੇ ਪੰਪ ਚੱਲਦੇ ਹੁੰਦੇ ਸੀ, ਉਹ ਤਾਂ ਹੁਣ ਮੈਨੂੰ ਲੱਗਦਾ ਉਹਨਾਂ ਦਾ ਕੰਮ ਗਿਆ ਜੀ, ਕੰਮ ਗਿਆ ਹੈ ਨਾ, ਹੁਣ ਤਾਂ ਇਹੀ ਚੱਲਦੇ, ਐਡਵਾਂਸ ਬਹੁਤ ਹੋ ਗਈ ਜੀ। ਅੱਛਾ ਸੁੱਖੀ, ਜਿਵੇਂ ਹੁਣ ਆਪਾਂ ਇੱਥੇ ਮਾਨਸਾ ਸ਼ਹਿਰ ਦੇ ਵਿੱਚ ਬੈਠੇ ਹਾਂ ਨਾ, ਕੈਂਚੀਆਂ ਦੇ ਬਿਲਕੁਲ ਕੋਲੇ, ਤੇ ਇੱਥੇ ਫਿਰ ਆਸੇ-ਪਾਸੇ ਪਿੰਡਾਂ ਵਾਲੇ ਆਉਂਦੇ ਆਪਣੇ ਕੋਲੇ? ਹਾਂ, ਆਸੇ-ਪਾਸੇ ਪਿੰਡਾਂ ਵਾਲੇ ਆਉਂਦੇ ਜੀ, ਇੱਧਰਲਾ ਏਰੀਆ ਹੋ ਗਿਆ, ਇੱਧਰਲਾ ਏਰੀਆ ਜੋ ਚਨੀਰ ਸਾਈਡ ਹੋ ਗਈ, ਜਿਵੇਂ ਇੱਧਰ ਘੁੰਮਣ ਹੋ ਗਈ, ਬਰਨਾਲਾ ਸਾਈਡ, ਸਾਰਾ ਇਹ ਸਾਰੇ ਆ ਜਾਂਦੇ, ਸਾਰੇ ਆਉਂਦੇ ਨੇ ਜੀ, ਠੀਕ ਹੈ। ਤੇ ਜੇ ਪੰਪ ਕਿਸੇ ਨੇ ਨਵਾਂ ਲੈਣਾ ਹੋਵੇ ਜਾਂ ਰਿਪੇਅਰ ਕਰਨਾ ਹੋਵੇ, ਹੈ ਨਾ, ਇਹ ਦੋਨੇ ਸਹੂਲਤਾਂ ਆਪਣੇ ਕੋਲ? ਦੋਨੇ ਸਹੂਲਤਾਂ ਨੇ ਜੀ, ਨਵੇਂ ਵੀ ਮਿਲ ਜਾਂਦੇ, ਰਿਪੇਅਰ ਵੀ ਹੈਗੇ ਜੀ। ਅੱਛਾ, ਇਹ ਸੁੱਖੀ ਤੂੰ ਕੰਮ ਕਿੱਥੋਂ ਸਿੱਖਿਆ ਬਾਈ ਇਹ ਪੰਪ? ਇਹ ਆਪਣਾ ਕੰਮ ਸਿੱਖਿਆ ਸੀ ਜੀ ਮੈਂ ਲੁਧਿਆਣੇ ਤੋਂ। ਅੱਛਾ, ਹਾਂ, ਕਲਸੀ ਕੰਪਨੀ ਆ ਲੁਧਿਆਣੇ, ਸਾਰੇ ਜਾਣਦੀ ਆ ਲਗਭਗ ਕਲਸੀ ਕੰਪਨੀ, ਕਲਸੀ ਕੰਪਨੀ ਬਹੁਤ ਟੌਪ ਦੀ ਆ। ਹਾਂ, ਆਪਾਂ ਉੱਥੋਂ ਕੰਮ ਸਿੱਖਿਆ ਸੀਗਾ ਜੀ, ਆਪਾਂ ਨੂੰ ਉੱਥੋਂ 5 ਸਾਲ ਦਾ ਐਕਸਪੀਰੀਅੰਸ ਆ ਜੀ, 5 ਸਾਲ ਆਪਾਂ ਲੁਧਿਆਣੇ ਲਾਏ ਨੇ ਜੀ, ਠੀਕ ਹੈ। ਉੱਥੋਂ ਕੰਮ ਸਿੱਖਿਆ ਸੀ, ਇਸ ਤੋਂ ਬਾਅਦ 2018 ਦੇ ਵਿੱਚ ਆਪਾਂ ਇੱਥੇ ਦੁਕਾਨ ਕਰੀ ਸੀ, ਠੀਕ ਹੈ। 7-8 ਸਾਲ ਆਪਾਂ ਨੂੰ ਇੱਥੇ ਹੋ ਗਏ, 7-8 ਸਾਲ ਹੋ ਗਏ, 7-8 ਸਾਲ ਹੋ ਗਏ ਜੀ। ਜਾਣੀ ਕਿ ਮਿੱਤਰੋ, ਸੁੱਖੀ ਇਹ ਨਹੀਂ ਗਾ ਕਿ ਵੀ ਊਂ ਕੰਮ ਸਿੱਖਿਆ ਹੋਇਆ, ਪ੍ਰੋਪਰ ਕੰਪਨੀ ਦੇ ਵਿੱਚ ਕੰਮ ਕਰਕੇ, ਮਤਲਬ ਸਰਟੀਫਿਕੇਟ ਵੀ ਇੱਧਰ ਕੋਲ, ਸਰਟੀਫਿਕੇਟ ਲੱਗੇ ਹੋਏ ਨੇ ਜੀ। ਅੱਛਾ, ਇੱਧਰਲੇ ਪਾਸੇ ਆ ਜਾਓ ਬਾਈ, ਤੁਹਾਨੂੰ ਆਪਣਾ ਬਾਈ ਦੇ ਸੁੱਖੀ ਦੇ ਨਾ ਇੱਧਰਲੇ ਪਾਸੇ ਸਰਟੀਫਿਕੇਟ ਦਿਖਾ ਦਈਏ। ਆਹ ਸਰਟੀਫਿਕੇਟ ਦੇਖ ਲਓ ਬਾਈ, ਪ੍ਰੋਪਰ ਮਤਲਬ ਬਾਈ ਦੀ ਡਿਗਰੀ ਕਰੀ ਹੋਈ ਹੈ ਇਸ ਕੰਮ ਦੀ। ਸੁੱਖੀ, ਜਿਵੇਂ ਨਾ ਇਹ ਕੰਮ ਜੇ ਜਿਵੇਂ ਹੁਣ ਜਿਵੇਂ ਜੇ ਤੂੰ ਮੈਥੋਂ ਪੁੱਛੇ ਨਾ, ਇਗਨੋਰ ਦੇ ਰਹਿ ਜਾਂਦੇ, ਅਗਲਾ ਕਹਿੰਦਾ ਇਹ ਕੰਮ ਕੀ ਆ ਯਾਰ, ਹੈ ਨਾ, ਵੀ ਤੂੰ ਕੀ ਸੋਚ ਕੇ ਇਹ ਕੰਮ ਕਰ ਰਿਹਾ? ਬਹੁਤ ਸੋਹਣਾ ਕੰਮ ਆ ਜੀ ਇਹ। ਅੱਛਾ, ਖੇਤੀਬਾੜੀ ਨਾਲ ਜੁੜਿਆ ਹੋਇਆ ਕੰਮ ਆ, ਪਹਿਲੀ ਗੱਲ ਤਾਂ ਇਹ ਆ। ਕੋਈ ਟਾਈਮ ਹੁੰਦਾ ਸੀ ਹੈ ਨਾ ਵੀ ਖੇਤੀਬਾੜੀ ਲਾਏ ਬੰਦਾ ਧੰਦਾ ਨਹੀਂ ਸੀ ਲੋਕ ਕਹਿ ਦਿੰਦੇ, ਪਰ ਅੱਜ ਦੇ ਟਾਈਮ ਖੇਤੀਬਾੜੀ ਦਾ ਧੰਦਾ ਜਿਹੜਾ ਬਹੁਤ ਲਾਏ ਬੰਦਾ, ਠੀਕ ਹੈ। ਮੈਂ ਖੁਦ ਵੀ ਮੰਨ ਕੇ ਚੱਲ ਸਪਰੇ ਕਰਦਾ ਆ ਆਪ, ਹੈ ਨਾ, ਖੇਤੀ ਵੀ ਕਰਦਾ ਆ ਨਾਲ ਨਾਲ, ਦੁਕਾਨ ਦਾ ਕੰਮ ਵੀ ਕਰਦਾ ਆ, ਠੀਕ ਹੈ ਬਾਈ, ਪੂਰਾ ਵਧੀਆ ਕੰਮ ਆਗਾ ਇਹੋ ਜਿਹੀ ਗੱਲ ਨਹੀਂ ਹੈਗੀ, ਠੀਕ ਹੈ। ਤੇ
ਇਹ ਸੁੱਖੀ ਫਿਰ ਇਹ ਜਿਹੜੇ ਨਵੇਂ ਆਉਂਦੇ ਆਪਣੇ ਕੋਲ ਪੰਪ ਹਨਾ, ਇਹ ਫਿਰ ਇਹ ਤਾਂ ਕਿਸੇ ਕੰਪਨੀ ਵੱਲੋਂ ਹੀ ਆਉਂਦੇ ਹੋਣਗੇ ਜਿਹੜੇ ਇਹ ਬੈਟਰੀ ਵਾਲੇ ਪੰਪ ਨੇ। ਜ਼ਿਆਦਾਤਰ ਇਹ ਆਪਾਂ ਖੁਦ ਮੈਨੂਫੈਕਚਰਿੰਗ ਆਪ ਕਰਦੇ ਹਾਂ ਇੱਥੇ, ਜਿਹੜੇ ਬੈਟਰੀ ਵਾਲੇ ਬਾਈ, ਜਿਹੜੇ ਬੈਟਰੀ ਵਾਲੇ ਪੰਪ ਨੇ, ਠੀਕ ਹੈ। ਮੋਟਰ ਵਧੀਆ ਕੁਆਲਿਟੀ ਦੀ ਲੈਣੀ, ਬੈਟਰੀ ਵਧੀਆ ਕੁਆਲਿਟੀ ਦੀ ਲੈਣੀ, ਉਹਨੂੰ ਆਪ ਅਸੈਂਬਲ ਕਰਨਾ ਆਪਣਾ ਕੰਮ ਆਇਆ। ਜ਼ਿਆਦਾਤਰ ਜਿਹੜੇ ਬੈਟਰੀ ਵਾਲੇ ਪ੍ਰੋਡਕਟ ਤੁਸੀਂ ਦੇਖ ਰਹੇ ਹੋ ਆਪਾਂ ਆਪ ਹੀ ਅਸੈਂਬਲ ਕਰਦੇ ਹਾਂਗੇ, ਠੀਕ ਹੈ। ਇਹ ਸਾਰੇ ਆਪ ਕਰਦੇ ਹਾਂ, ਜਿਹੜਾ ਇਹ ਬਣਿਆ ਬਣਾਇਆ ਜਿਵੇਂ ਬਕਸਾ ਹੋ ਗਿਆ ਇਹ ਪਿੱਛੇ ਤੋਂ ਆਉਂਦੇ ਨੇਗੇ, ਇਹ ਬਣੇ ਬਣਾਏ। ਹਾਂ, ਕਸਟਮਰ ਦੀ ਡਿਮਾਂਡ ਤੇ ਜੇ ਆਪਾਂ ਨੂੰ ਕਵੇ ਵੀ ਹਾਂ ਯਾਰ ਸਾਨੂੰ ਬਹੁਤ ਵਧੀਆ ਤਿਆਰ ਕਰਕੇ ਦੇ, ਫਿਰ ਆਪਾਂ ਉਹਦੇ ਵਿੱਚ ਸਪੈਸ਼ਲ ਬੈਟਰੀ ਲਾਉਂਦੇ ਹਾਂ, ਸਪੈਸ਼ਲ ਉਹਦੇ ਵਿੱਚ ਮੋਟਰ ਲਾਉਂਦੇ ਹਾਂ, ਫਿਰ ਉਹਨੂੰ ਤਿਆਰ ਕਰਕੇ ਦਿੰਦੇ ਹਾਂ ਉਸ ਤਰੀਕੇ। ਹਾਂ, ਉਸ ਤਰੀਕੇ ਨਾਲ ਜੀ, ਕੋਸਟ ਉਸ ਹਿਸਾਬ ਨਾਲ ਥੋੜ੍ਹੀ ਜਿਹੀ ਵੱਧ ਜਾਂਦੀ ਹੈ। ਲੈ ਵੀ ਸੱਜਣੋ, ਜੇ ਨਾ ਤੁਹਾਨੂੰ ਚੀਜ਼ ਮਤਲਬ ਆਪਦੇ ਹਿਸਾਬ ਨਾਲ ਚਾਹੀਦੀ ਹੈ ਵੀ ਯਾਰ ਸਾਨੂੰ ਬਾਈ ਸੁੱਖੀ ਇਹੋ ਜਿਹੀ ਚੀਜ਼ ਤਿਆਰ ਕਰਕੇ ਦੇ ਦੇਵੀ ਜਿਹੜੀ ਖਰਾਬ ਨਾ ਹੋਵੇ ਹੈ ਨਾ, ਉਹਦੀ ਜਿਹੜੀ ਲਾਈਫ ਆ ਜ਼ਿਆਦਾ ਹੋਵੇ, ਤਾਂ ਸੁੱਖੀ ਉਹ ਵੀ ਚੀਜ਼ ਬਾਈ ਤੁਹਾਨੂੰ ਤਿਆਰ ਕਰਕੇ ਦੇ ਦੂਗਾ, ਕਿਉਂਕਿ ਬਾਈ ਖੁਦ ਬਾਈ ਇਸ ਚੀਜ਼ ਦਾ ਇੰਜੀਨੀਅਰ ਆ ਹਨਾ, ਇਹ ਚੀਜ਼ਾਂ ਤੋਂ ਉਹ ਕੰਮ ਕਰਦਾ ਰਿਹਾ ਹੈਗਾ, ਤਾਂ ਕਰਕੇ ਉਹ ਬੰਦੇ ਨੂੰ ਪਤਾ ਹੁੰਦਾ ਜਿਹੜਾ ਬੰਦਾ ਉਹ ਕੰਮ ਕਰਦਾ ਹੋਵੇ ਹੈ ਨਾ। ਅਤੇ ਸੁੱਖੀ ਅੱਛਾ ਆ ਗਏ ਬਾਈ ਦੂਜੇ ਪੰਪ ਹਨਾ, ਇਹ ਪਾਵਰ ਪ੍ਰੋਡਕਟ ਆ ਗਏ ਜੀ, ਪੈਟਰੋਲ ਤੇ ਚੱਲਣ ਵਾਲੇ ਆ ਗਏ, ਇਹ ਪੈਟਰੋਲ ਤੇ ਚੱਲਦੇ ਆ। ਇਹ ਕਿੰਨਾ ਮਤਲਬ ਇਹ ਕੱਢ ਦਿੰਦੇ ਆ, ਮਤਲਬ ਆਪਾਂ ਜੇ ਕਿੱਲਿਆਂ ਦੇ ਹਿਸਾਬ ਨਾਲ ਗੱਲ ਕਰ ਲਈਏ ਭਰ ਕੇ ਇਹਨੂੰ, ਇਹਦੀ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਤਾਂ 1 ਲੀਟਰ ਨਾਲ ਢੋਲੀਆਂ ਪਾ ਆਉਂਦੇ ਨੇ 35 ਢੋਲੀਆਂ, 1 ਲੀਟਰ ਨਾਲ, 1 ਲੀਟਰ ਨਾਲ ਇਹਦੀ 35 ਢੋਲੀਆਂ ਦੀ ਐਵਰੇਜ ਹੈ ਜੀ ਪੈਟਰੋਲ ਦੀ। ਇਹ 4 ਸਟ੍ਰੋਕ ਪੰਪ ਆ ਜੀ ਇਹ, ਠੀਕ ਹੈ। 35 ਸੀਸੀ ਦਾ ਜਿਹੜਾ ਇਹਤੇ ਇੰਜਨ ਲੱਗਿਆ ਹੋਇਆ ਆ, ਰਾਜਾ ਕੰਪਨੀ ਦਾ ਹੈਗਾ। ਰਾਜਾ ਕੰਪਨੀ ਸਾਰੇ ਪੰਜਾਬ ਦੇ ਵਿੱਚ ਦੱਸਣ ਦੀ ਲੋੜ ਨਹੀਂ ਹੈਗੀ, ਮੰਡੀ ਅਹਿਮਦਗੜ੍ਹ ਵਾਲਾ ਬੰਦਾ ਆ ਇਹ, ਪੂਰੇ ਸੋਹਣੇ ਪ੍ਰੋਡਕਟ ਬਣਾਉਂਦਾ ਇਹ ਬੰਦਾ, ਟਰਬੋ ਵਗੈਰਾ ਲੱਗੇ ਆਉਂਦੇ ਨੇ, ਗੰਨਾ ਪੂਰੀਆਂ ਮਹਿੰਗੀਆਂ, ਗਰੰਟੀ ਵੀ ਠੋਕ ਕੇ ਦਿੰਦਾ ਪੂਰੀ ਬੰਦਾ ਇਹ, ਠੀਕ ਹੈ। ਹਾਂ, ਇਹ ਬਹੁਤ ਸੋਹਣੇ ਪੰਪ ਨੇ ਇਹ ਬੰਦੇ ਦੇ, ਠੀਕ ਹੈ। ਜਿਹੜਾ ਇਹ ਵਾਲਾ ਮਾਡਲ ਆ ਤੇ ਇੱਕ ਜਿਹੜਾ ਉਹ ਵਾਲਾ ਮਾਡਲ ਆ ਜੀ, ਆਹ ਵਾਲਾ ਬਾਈ, ਉਹ ਵਾਲਾ ਜੀ, ਇਹ ਤਾਂ ਕਲਸੀ ਦਾ ਗਈ, ਉਹ ਵਾਲਾ ਜੀ ਡਾਇਮੰਡ ਪਲੱਸ, ਡਾਇਮੰਡ ਪਲੱਸ ਦਾ ਅੱਜ ਦੀ ਘੜੀ ਇਹਦਾ ਕੋਈ ਤੋੜ ਨਹੀਂ ਹੈਗਾ ਜੀ, ਸਭ ਤੋਂ ਜ਼ਿਆਦਾ ਵਿਕਣ ਵਾਲਾ ਪੰਪ ਆ ਜੀ ਅੱਜ ਦੇ ਟਾਈਮ ਦੇ ਵਿੱਚ ਇਹ। ਕੀ ਖਾਸੀਅਤ ਹੈ ਇਹਦੀ? ਇਹਦੀ ਖਾਸੀਅਤ ਇਹ ਹੈ ਜੀ, ਇੱਕ ਤਾਂ ਇਹਦੇ ਵਿੱਚ 52 ਸੀਸੀ ਦਾ ਇੰਜਨ ਆ ਗਿਆ ਆਮ ਪੰਪਾਂ ਨਾਲੋਂ, ਇਹਦੀ ਐਵਰੇਜ ਜ਼ਿਆਦਾ ਨਿਕਲਦੀ ਹੈ, ਇਹ ਅੰਡਰ ਲੋਡ ਚੱਲਦਾ ਪੰਪ ਦੇ ਹਮੇਸ਼ਾ ਉੱਪਰ ਦੀ ਰਹਿੰਦਾ ਇਹ, ਠੀਕ ਹੈ, ਲੋਡ ਨਹੀਂ ਲੈਂਦਾ ਕਦੇ ਵੀ, ਇਹਦੀ ਐਵਰੇਜ ਜ਼ਿਆਦਾ ਨਿਕਲਦੀ ਹੈ। ਇਹ ਤੇ ਆਪਾਂ ਜੇ 1.5 ਗੱਲੇ ਦੀ ਪਾਈਪ ਲਾਉਣੀ ਹੋਵੇ ਨਾ ਅੱਗੇ ਉਹ ਵੀ ਲਾ ਸਕਦੇ ਹਾਂ, ਬਾਕੀ ਇਹਦਾ ਜਿਹੜਾ ਸਟਾਰਟਰ ਆ ਇਹ ਅਲਮੂਨੀਅਮ ਦਾਗਾ, ਬਾਕੀ ਦੇ ਟਰਬੋ ਵਗੈਰਾ ਲੱਗੇ ਹੋਏ ਨੇ, ਪੰਪ ਸਾਰਾ ਪਿੱਤਲ ਦਾ ਇਹਦਾ, ਇਹਦੇ ਵਿੱਚ ਜਿਹੜਾ ਸਮਾਨ ਲੱਗਿਆ ਹੋਇਆ ਸਾਰਾ ਸਟੀਲ ਦਾ ਜੀ। ਕੰਪਨੀ 3 ਸਾਲ ਦੀ ਪੰਪ ਦੀ ਗਰੰਟੀ ਦਿੰਦੀ ਹੈ, ਜਿਵੇਂ ਇਹਦੇ 'ਚ ਪਲੰਜਰ ਲੱਗਿਆ ਹੋਇਆ ਜਿਹੜਾ 350 SS ਪਿਓਰ ਸਟੀਲ ਦਾ ਪਲੰਜਰ ਲੱਗਿਆ ਹੋਇਆ ਜੀ ਇਹਦੇ 'ਚ, ਠੀਕ ਹੈ। ਕੰਪਨੀ ਉਸ ਚੀਜ਼ ਦੀ 3 ਸਾਲ ਦੀ ਗਰੰਟੀ ਦਿੰਦੀ ਹੈ, ਵੈਸੇ ਕੰਪਨੀ ਸਾਰੇ ਪ੍ਰੋਡਕਟ ਦੀ 1 ਸਾਲ ਦੀ ਗਰੰਟੀ ਦਿੰਦੀ ਹੈ। ਅਗਰ ਇਹਦੇ 'ਚ ਕੋਈ ਵੀ ਪ੍ਰੋਬਲਮ ਆਉਂਦੀ ਹੈ, ਮੰਨ ਕੇ 4 ਮਹੀਨੇ ਨੂੰ, 5 ਮਹੀਨੇ, 9 ਮਹੀਨੇ ਨੂੰ, 10 ਮਹੀਨੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਉਹਦੇ ਵਿੱਚ ਕਸਟਮਰ ਕੋਲ ਬਿੱਲ ਹੋਣਾ ਚਾਹੀਦਾ, ਕੋਈ ਖਰਚਾ ਨਹੀਂਗਾ, 24 ਘੰਟੇ ਦੇ ਅੰਦਰ ਅਸੀਂ ਉਹਨੂੰ ਫ੍ਰੀ ਰਿਪੇਅਰ ਕਰਕੇ ਦਿੰਦੇ ਹਾਂ, ਫ੍ਰੀ ਰਿਪੇਅਰ ਕਰਕੇ ਦਿੰਦੇ ਹਾਂ, ਬਹੁਤ ਜ਼ਿਆਦਾ ਮੰਨ ਕੇ ਚੱਲ ਕੋਈ ਖਰਚਾ ਨਹੀਂ ਹੈਗਾ ਜੀ ਉਹਦਾ। ਤੇ ਅੱਛਾ ਜਿਵੇਂ ਤੁਸੀਂ ਦੱਸਿਆ ਇਹਦੇ ਵਿੱਚ ਉਹ ਦੂਜੀ ਆਪਾਂ ਮਤਲਬ ਪਾਈਪ ਵੀ ਲਾ ਸਕਦੇ ਹਾਂ, ਪਾਈਪ ਵੀ ਲਾ ਸਕਦੇ ਹਾਂ ਜੀ। ਇਹਦੀਆਂ ਗੰਨਾਂ ਨੇ ਜੀ, ਗੰਨਾਂ ਦੀ ਕੁਆਲਿਟੀ ਬਹੁਤ ਘੈਂਟ ਆ ਜੀ ਇਹਦੀ। ਅੱਛਾ, ਇਹਦੇ ਨਾਲ ਗੰਨ ਆ ਲੱਗਦੀ ਹੈ ਜੀ, ਆਮ ਨਾਰਮਲ ਗੰਨ ਨਹੀਂ ਜੀ ਇਹਦੇ ਨਾਲ ਲੱਗਦੀ। ਅੱਛਾ, ਠੀਕ ਹੈ, ਨਾਰਮਲ ਗੰਨ ਇਹਦੇ ਨਾਲ ਕੰਮ ਹੀ ਨਹੀਂ ਕਰਦੇ ਜੀ, ਕਿਉਂਕਿ ਇਹਦਾ ਪਹਾਰਾ ਬਹੁਤ ਜ਼ਿਆਦਾ ਹੈ ਜੀ। ਤੇ ਫਿਰ ਢੋਲ ਵਾਲੀਆਂ ਗੰਨਾਂ ਨੇ ਜੀ ਇਹ। ਅੱਛਾ, ਇਹ ਢੋਲ ਵਾਲੀਆਂ ਨੇ, ਢੋਲ ਵਾਲੀਆਂ ਗੰਨਾਂ, ਠੀਕ ਆ। ਉਹ ਚੀਜ਼ ਲੱਗਦੀ ਇਹਦੇ ਨਾਲ, ਇਹ ਚੀਜ਼ ਇਹ ਕਰਨਾ ਇਹਦੇ ਨਾਲ ਲੱਗਦੀ ਹੈ ਤੁਹਾਨੂੰ। ਸੁੱਕੀ ਜਿਵੇਂ ਤੂੰ ਇਹਦੀ ਇੰਨੀ ਕੁਆਲਿਟੀ ਦੱਸੀ ਹੈ ਨਾ, ਕਿਉਂਕਿ ਇਹ ਹੁੰਦਾ ਗਾ ਕਿ ਜਿਹੜੀ ਚੀਜ਼ ਦੀ ਕੁਆਲਿਟੀ ਹੋਵੇ ਬਾਈ ਫਿਰ ਉਹਦਾ ਪ੍ਰਾਈਜ਼ ਦਾ ਵੀ ਫਰਕ ਪੈਂਦਾ, ਪ੍ਰਾਈਜ਼ ਦਾ ਫਰਕ ਪੈਂਦਾ ਜੀ। ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਮਹਿੰਗਾ ਪ੍ਰੋਡਕਟ ਇਹੀ ਹੈ ਜੀ, ਇਹਦੀ ਕੀਮਤ ਕੰਪਨੀ ਨੇ ਰੱਖੀ ਹੋਈ ਹੈ 12,500 ਰੁਪਏ ਜੀ। ਅਗਰ ਤੁਸੀਂ ਮੰਡੀ ਅਹਿਮਦਗੜ ਲੈਣ ਜਾਓਗੇ ਤਾਂ ਵੀ ਤੁਹਾਨੂੰ 12,500 ਦਾ ਮਿਲੂਗਾ, ਆਪਣੇ ਕੋਲੋਂ ਲਓਗੇ ਤਾਂ ਵੀ 12,500 ਰੁਪਏ ਦਾ ਮਿਲੂਗਾ, ਜਾਂ ਹੋਰ ਕਿਸੇ ਵੀ ਏਰੀਆ 'ਚ ਤੁਸੀਂ ਇਹ ਪੰਪ ਲਾਓਗੇ 12,500 ਰੁਪਏ ਦਾ ਮਿਲੂਗਾ ਤੁਹਾਨੂੰ, 12,500 ਦੇ। 1 ਸਾਲ ਦੀ ਵਾਰੰਟੀ ਹੁੰਦੀ ਜੀ ਕੰਪਨੀ ਕੋਲ, 1 ਸਾਲ ਦੀ ਵਾਰੰਟੀ, ਹਾਂਜੀ। ਮਤਲਬ ਫੁੱਲ ਇਹਦੇ ਵਿੱਚ ਤੂੰ ਦੱਸਿਆ ਵੀ ਸਹੂਲਤਾਂ ਵੀ ਫੁੱਲ ਆ ਹਨਾ, ਤੇ ਖਰਾਬ ਵੀ ਹੋਣ ਵਾਲਾ ਹੈ ਇਹ ਚੀਜ਼। ਜੇਕਰ ਮਿੱਤਰੋ ਤੁਹਾਨੂੰ ਲੋੜ ਆ ਨਾ ਇਸ ਪੰਪ ਦੀ, ਤਾਂ 22 ਸੁੱਖੀ ਤੋਂ ਤੁਸੀਂ ਪਰਚੇਜ਼ ਕਰ ਸਕਦੇ ਹੋ, ਠੀਕ ਹੈ। ਇਹ
ਤੇ ਇਹ ਸੁੱਕੀ ਤੂੰ ਡਿਲੀਵਰੀ ਵੀ ਕਰ ਦਿੰਦਾ? ਹਾਂ, ਡਿਲੀਵਰੀ ਵੀ ਕਰ ਦਿੰਦੇ ਹਾਂ ਜੀ। ਮੰਨ ਲਾ ਪੰਜਾਬ 'ਚ ਤੈਨੂੰ ਕਿਤੇ ਵੀ ਬੰਦਾ ਬੈਠਾ ਦੇ ਵਿੱਚ ਕਿਤੇ ਵੀ ਡਿਲੀਵਰੀ ਕਰਾਉਣੀ ਹੋਵੇ ਆਪਾਂ ਡਿਲੀਵਰੀ ਕਰ ਦਿੰਦੇ ਹਾਂ ਸਾਰੀ ਇੰਡੀਆ ਦੇ ਵਿੱਚ। ਸਾਰੀ ਇੰਡੀਆ ਦੇ ਵਿੱਚ ਹਾਂ, ਡਿਲੀਵਰੀ ਦਾ ਕੋਈ ਚਾਰਜ ਨਹੀਂ ਹੈਗਾ ਜੀ। ਕੋਈ ਚਾਰਜ? ਕੋਈ ਚਾਰਜ ਨਹੀਂ ਹੈਗਾ। ਲੈ ਵੀ ਦੋਸਤੋ, ਇਹ ਤਾਂ ਹੋਰ ਵੀ ਵਧੀਆ ਗੱਲ ਹੈ ਕਿ ਤੁਹਾਨੂੰ ਡਿਲੀਵਰੀ ਦਾ ਕੋਈ ਵੀ ਚਾਰਜ ਨਹੀਂ ਪਊਗਾ ਸੁੱਖੀ ਕੋਲੋਂ, ਹੈ ਨਾ। ਲੈ ਵੀ ਸੁੱਖੀ ਆਪਣਾ ਭਰਾ, ਅਤੇ ਤੁਸੀਂ ਸਪੋਰਟ ਬਾਈ ਦੀ ਜ਼ਰੂਰ ਕਰਿਓ। ਬਾਕੀ ਜੇ ਆਪਾਂ ਗੱਲ ਕਰ ਲਈਏ ਕੁਆਲਿਟੀ ਦੀ, ਹੈ ਨਾ, ਅਤੇ ਜਿੱਥੇ ਕੁਆਲਿਟੀ ਹੋਊਗਾ ਤਾਂ ਫਿਰ ਉੱਥੇ ਖਰਚਾ ਥੋੜ੍ਹਾ ਜਿਹਾ ਹੋਊਗਾ ਹੀ ਹੋਊਗਾ। ਅਤੇ ਰਿਪੇਅਰ ਦੀ ਵੀ ਮੈਨੂੰ ਲੱਗਦਾ ਵੀ ਸੁੱਖੀ ਤੇਰੇ ਜਿਹੜੇ ਨਾਮ ਇੱਥੇ ਚੱਲਦਾ ਹੈਗਾ, ਹੈ ਨਾ, ਵੀ ਰਿਪੇਅਰ ਜੇ ਕਰਾਉਣੀ ਆ ਤਾਂ ਸੁੱਖੀ ਕੋਲੋਂ ਕਰਵਾਓ, ਹੈ ਨਾ। ਅਤੇ ਫਿਰ ਵੀ ਉਹਦਾ ਵੀ ਚਾਰਜਸ ਜ਼ਿਆਦਾ ਰਹਿੰਦੇ ਆਪਣੇ? ਨਹੀਂ, ਜਿਵੇਂ ਹੁਣ ਆਪਣੇ ਕੋਲ ਸਪੇਅਰ ਪਾਰਟ ਸਾਰਾ ਪਿਆ ਜੀ, ਆਪਣੇ ਕੋਲ ਏ ਟੂ ਲੈ ਕੇ ਜੈੱਡ ਤੱਕ ਸਾਰਾ ਸਪੇਅਰ ਪਾਰਟ ਪਿਆ ਜੀ। ਠੀਕ ਹੈ। ਆਪਾਂ ਜਿਹੜਾ ਸਪੇਅਰ ਪਾਰਟ ਦੀ ਕੁਆਲਿਟੀ ਹੈ ਜੀ, ਉਹ ਕਲਸੀ ਕੰਪਨੀ ਤੋਂ ਹੀ ਮੰਗਦੇ ਹਾਂ ਜ਼ਿਆਦਾ। ਜਿਹੜਾ ਆਪਣੇ ਕੋਲ ਸਪੇਅਰ ਪਾਰਟ ਆਇਆ ਉਹ ਕਲਸੀ ਕੰਪਨੀ ਤੋਂ ਹੀ ਆਉਂਦਾ ਜ਼ਿਆਦਾ। ਠੀਕ ਹੈ। ਦੇਸੀ ਆਪਾਂ ਨਹੀਂ ਵਰਤਦੇ। ਜਦੋਂ ਸ਼ੁਰੂ ਸ਼ੁਰੂ 'ਚ ਕੰਮ ਕਰਿਆ ਸੀਗਾ, ਮੈਂ ਵੀਡੀਓ ਦੌਰਾਨ ਦੱਸ ਰਿਹਾ ਇਹ ਗੱਲ, ਵੀ ਆਪਾਂ ਹਲਕੀ ਕੁਆਲਿਟੀ ਰੱਖਦੇ ਸੀ ਕਿਉਂਕਿ ਕੰਪੀਟੀਸ਼ਨ ਸੀਗਾ ਉਦੋਂ। ਹੁਣ ਆਪਣੀ ਮਾਰਕੀਟ ਦੇ ਬਣ ਚੁੱਕੀ ਹੈ ਪੂਰੀ, ਹੁਣ ਸਾਰਾ ਆਪਾਂ ਓਰੀਜਨਲ ਪਾਰਟ ਵੇਚਦੇ ਹਾਂ। ਠੀਕ ਹੈ। ਇੱਕ ਵਾਰੀ ਬੰਦਾ ਜਦੋਂ ਕੋਈ ਰਿਪੇਅਰ ਕਰਾ ਕੇ ਲੈ ਕੇ ਜਾਂਦਾ, ਅਗਲਾ ਗੱਦ ਉਹਨੂੰ ਹੋਰ ਦੱਸਦਾ ਅੱਗੇ ਜਾ ਕੇ ਵੀ ਹਾਂ ਯਾਰ ਬਾਕੀ ਬਹੁਤ ਵਧੀਆ ਚੀਜ਼। ਬਾਕੀ ਬਹੁਤ ਵਧੀਆ। ਹਾਂ, ਜੇ ਆਪਾਂ ਮੋਟਰ ਦੀ ਗੱਲ ਕਰੀਏ, ਇੱਕ ਮੋਟਰ ਤਾਂ ਹੈਗੀ ਜੀ 500 ਰੁਪਏ ਦੀ ਜਿਹੜੀ ਬੈਟਰੀ ਵਾਲੀ ਢੋਲੀ ਦੇ ਵਿੱਚ ਲੱਗਦੀ ਹੈ, ਇੱਕ ਹੈਗੀ 700 ਰੁਪਏ ਦੀ ਓਰੀਜਨਲ ਕਲਸੀ ਦੀ। ਠੀਕ ਹੈ। ਤੇ ਜ਼ਮੀਨ ਅਸਮਾਨ ਦਾ ਫਰਕ ਆ ਜੀ, ਉਹ ਚੱਲਦੀ ਵੀ ਬਹੁਤ ਲੌਂਗ ਟਾਈਮ ਆ ਜੀ। ਠੀਕ ਹੈ। ਇੱਦਾਂ ਸਾਰਾ ਸਪੇਅਰ ਪਾਰਟ ਦਾ ਫਰਕ ਰਹਿੰਦਾ। ਹਾਂ, ਇਹ ਚੀਜ਼ਾਂ ਦਾ ਫਰਕ ਰਹਿੰਦਾ ਜੀ। ਠੀਕ ਹੈ। ਲੈ ਵੀ ਦੋਸਤੋ, ਜੇ ਤੁਸੀਂ ਕੋਈ ਚੰਗੀ ਕੁਆਲਿਟੀ ਦਾ ਪੰਪ ਖਰੀਦਣਾ ਤਾਂ, ਜਾਂ ਤੁਸੀਂ ਕੋਈ ਪੰਪ ਦੀ ਰਿਪੇਅਰ ਕਰਾਉਣੀ ਆ, ਜਿੰਨੇ ਵੀ ਕਿਸਾਨ ਭਰਾ ਆਪਣੇ ਨਾਲ ਜੁੜੇ ਹੋਏ ਆ ਬਈ, ਸਾਰਿਆਂ ਲਈ ਵੀਡੀਓ ਆ ਇਹ, ਅਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਕਿਸੇ ਵੀ ਸੱਜਣ ਮਿੱਤਰ ਨੂੰ ਪੰਪ ਚਾਹੀਦਾ, ਨਵਾਂ ਚਾਹੀਦਾ, ਪੁਰਾਣੇ ਦੀ ਰਿਪੇਅਰ ਕਰਾਉਣੀ ਆ, ਕੋਈ ਵੀ ਹੋਰ ਅਸੈਸਰੀ ਚਾਹੀਦੀ ਹੈ ਤੁਹਾਨੂੰ, ਤਾਂ ਸੁੱਖੀ ਨਾਲ ਗੱਲ ਕਰ ਲਿਓ ਬਈ। ਨੰਬਰ ਦੇ ਰਿਹਾ ਮੈਂ ਸਕਰੀਨ 'ਤੇ, ਮਾਨਸਾ ਸ਼ਹਿਰ ਦੇ ਵਿੱਚ ਬਾਈ ਦੀ ਦੁਕਾਨ ਹੈ ਇੱਥੇ, ਅਤੇ ਸੋਹਣਾ ਕੰਮ ਕਰਦਾ ਹੈਗਾ, ਨੌਜਵਾਨ ਮੁੰਡਾ ਹੈਗਾ ਬਈ। ਕੰਮ ਕਰਨ ਦੀ ਮਤਲਬ ਬੰਦੇ ਦੇ ਵਿੱਚ ਲਾਲਸਾ ਵੀ ਹੈਗੀ ਆ ਵੀ ਵੱਧ ਤੋਂ ਵੱਧ ਕੰਮ ਕਰੀਏ, ਹੈ ਨਾ। ਅਤੇ ਮਿਹਨਤ ਨੂੰ ਵੀ ਸਲਾਮ ਆ ਬਾਈ, ਕਿਉਂਕਿ ਦੇਖੋ ਇਹ ਆ ਕਿ ਅੱਜ ਕੱਲ੍ਹ ਤਾਂ ਬਾਹਰ ਜਾਣ ਦਾ ਜ਼ਿਆਦਾ ਰੁਝਾਨ ਚੱਲਿਆ ਹੋਇਆ, ਅਤੇ ਪਰ ਮਿੱਤਰ ਕਹਿੰਦਾ ਵੀ ਆਪਾਂ ਤਾਂ ਇੱਥੇ ਰਹਿ ਕੇ ਆਪਦਾ ਵਧੀਆ ਹੱਥੀਂ ਕੰਮ ਸਿੱਖ ਕੇ ਕੰਮ ਸ਼ੁਰੂ ਕੀਤਾ ਬਾਈ ਨੇ, ਅਤੇ ਕਾਫੀ ਜਿਵੇਂ 7-8 ਸਾਲ ਹੋ ਗਏ ਕੰਮ ਕਰਦੇ ਨੂੰ। ਅਤੇ ਵੀਡੀਓ ਬਾਈ ਦੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਠੀਕ ਹੈ ਬਾਈ। ਅਤੇ ਸੁੱਖੀ ਤੇਰਾ ਨੰਬਰ ਦੇ ਰਿਹਾ ਬਾਈ ਸਕਰੀਨ 'ਤੇ, ਠੀਕ ਹੈ? ਠੀਕ ਹੈ। ਅਤੇ ਜਿੰਨੇ ਵੀ ਸੱਜਣ ਮਿੱਤਰ ਕਿਸਾਨ ਭਰਾ ਆਪਣੇ ਨਾਲ ਜੁੜੇ ਹੋਏ ਬਾਈ, ਵੀਡੀਓ ਸ਼ੇਅਰ ਕਰ ਦਿਓ ਬਾਈ ਦੀ, ਅਤੇ ਤਾਂ ਕਿ ਬਾਈ ਦਾ ਕੰਮ ਆ ਜਿਹੜਾ ਹੋਰ ਵੀ ਅੱਗੇ ਵਧੇ। ਧੰਨਵਾਦ ਬਾਈ। ਸ਼ੁਕਰੀਆ। ਸ਼ੁਕਰੀਆ।